ਮੈਨੂੰ ਇਹ ਹਜੇ ਵੀ ਸੁਪਨੇ ਵਰਗਾ ਲੱਗ ਰਿਹਾ। ਮੈਂ ਨਹੀਂ ਚਾਹੁੰਦਾ ਕਿ ਇਹ ਸੁਪਨਾ ਟੁੱਟੇ। ਜਦੋਂ ਕੋਈ ਆਪਣਾ ਹੀ ਵਿਛੜ ਜਾਵੇ ਤਾਂ ਉਸਦਾ ਦੁੱਖ ਜ਼ਿੰਦਗੀ ਭਰ ਬਣਿਆ ਰਹਿੰਦਾ। ਪੰਜਾਬ ਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਸੁਖਪਾਲ ਸਿੰਘ ਦੀ ਕਹਾਣੀ ਵੀ ਕੁਝ ਇਸੇ ਤਰ੍ਹਾਂ ਦੀ ਹੈ। ਸੁਖਪਾਲ ਸਿੰਘ ਦਾ ਜਾਪਾਨੀ ਪੁੱਤ 19 ਸਾਲਾਂ ਤੋਂ ਦੂਰ ਸੀ, ਉਸਨੂੰ ਕਦੇ ਵੀ ਮਿਲਿਆ ਨਹੀਂ ਸੀ। 19 ਅਗਸਤ ਨੂੰ ਰੱਖੜੀ ਵਾਲੇ ਦਿਨ ਸੁਖਪਾਲ ਸਿੰਘ ਦੀ ਜ਼ਿੰਦਗੀ ਮੁੜ ਸੁਹਾਵਣੀ ਹੋ ਜਾਂਦੀ ਹੈ ਜਦੋਂ ਉਸਦਾ ਜਾਪਾਨੀ ਪੁੱਤ ਆ ਕੇ ਮਿਲਦਾ ਹੈ। ਦੱਸ ਦਈਏ ਕਿ ਸੁਖਪਾਲ ਸਿੰਘ ਦਾ ਇਹ ਬੇਟਾ ਜਾਪਾਨ ਦੇ ਵਿੱਚ ਹੀ ਪੈਦਾ ਹੋਇਆ ਅਤੇ ਉੱਥੇ ਹੀ ਪਾਲਣ ਪੋਸ਼ਣ ਹੋਇਆ। ਸੁਖਪਾਲ ਸਿੰਘ ਦਾ ਕਹਿਣਾ ਹੈ ਕਿ ਮੈਨੂੰ ਹੁਣ ਕੋਈ ਉਮੀਦ ਨਹੀਂ ਸੀ ਕਿ ਮੈਂ ਆਪਣੇ ਜਾਪਾਨੀ ਪੁੱਤ ਨੂੰ ਵੀ ਮਿਲ ਸਕਾਂਗਾ। ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਇਹ ਹਜੇ ਵੀ ਸੁਪਨੇ ਵਰਗਾ ਲੱਗ ਰਿਹਾ। ਮੈਂ ਨਹੀਂ ਚਾਹੁੰਦਾ ਕਿ ਇਹ ਸੁਪਨਾ ਟੁੱਟੇ। ਉਹਨਾਂ ਕਿਹਾ ਕਿ ਮੈਨੂੰ ਤਾਂ ਹਾਲੇ ਤੱਕ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਆਪਣੇ ਪੁੱਤ ਨੂੰ ਲਗਭਗ 2 ਦਹਾਕਿਆਂ ਬਾਅਦ ਮਿਲ ਰਿਹਾ ਹਾਂ। ਅੱਗੇ ਬੋਲਦਿਆਂ ਸੁਖਪਾਲ ਸਿੰਘ ਨੇ ਇਹ ਵੀ ਕਿਹਾ ਕਿ ਉਸਨੇ ਸਾਲ 2002 ਦੇ ਵਿੱਚ ਜਾਪਾਨ ਦੀ ਕੁੜੀ ਸੱਚੀਆ ਤਾਕਾਹਾਤਾ ਦੇ ਨਾਲ ਵਿਆਹ ਕਰਵਾ ਲਿਆ ਅਤੇ ਉਹਨਾਂ ਦਾ ਕਹਿਣਾ ਹੈ ਕਿ ਮੇਰਾ ਬੇਟਾ ਰਿਨ ਤਾਕਾਹਾਤਾ ਉਦੋਂ 2 ਸਾਲਾਂ ਦਾ ਸੀ ਜਦੋਂ ਉਹਨਾਂ ਦਾ ਤਲਾਕ ਹੋ ਗਿਆ। ਉਹਨਾਂ ਦਾ ਕਹਿਣਾ ਹੈ ਕਿ ਉਹ 2007 ਦੇ ਵਿੱਚ ਜਾਪਾਨ ਤੋਂ ਪਰਤਣ ਤੋਂ ਬਾਅਦ ਆਪਣੀ ਪਤਨੀ ਅਤੇ ਪੁੱਤ ਨਾਲ ਉਹਨਾਂ ਨੇ ਕੋਈ ਰਾਬਤਾ ਨਹੀਂ ਰੱਖਿਆ। ਉਹਨਾਂ ਕਿਹਾ ਕਿ ਰੱਖੜੀ ਦੇ ਦਿਨ ਮੇਰਾ ਬੇਟਾ ਰਿਨ ਮਿਲਣ ਆਇਆ। ਸੁਖਪਾਲ ਸਿੰਘ ਬਿਆਨ ਕਰਦੇ ਹੋਏ ਭਾਵੁਕ ਵੀ ਨਜ਼ਰ ਆਏ ਨੇ। ਇੱਕ ਵਾਰ ਤੁਹਾਨੂੰ ਇਹ ਪਿਆਰੀ ਜਿਹੀ ਵੀਡੀਓ ਵਿਖਾਉਣੀ ਆ ਜਿਸ ਦੇ ਵਿੱਚ ਜਦੋਂ ਜਾਪਾਨੀ ਪੁੱਤ ਆਪਣੇ ਪਿਤਾ ਨੂੰ ਮਿਲਣ ਦੇ ਲਈ ਪਹੁੰਚਿਆ ਤਾਂ ਜੱਫੀ ਪਾ ਕੇ ਦੋਵੇਂ ਰੋਂਦੇ ਹੋਏ ਨਜ਼ਰ ਆਏ। ਇੱਕ ਵਾਰ ਤੁਸੀਂ ਵੀ ਇਹ ਵੀਡੀਓ ਵੇਖੋ। ਮੰਮਾ ਦੀਦੀ ਚਲੋ ਕੋਈ ਨਾ ਚਲੋ ਕੋਈ ਕੋਈ ਨੀ ਗੱਲ ਕਰੋ ਆਹੋ ਕੋਈ ਨੀ ਚਲੋ ਚਲੋ ਕੋਈ ਵੇਖੋ ਕੀ ਆ ਚਲੋ ਹੈ